दाल सब्जी रोटी पानी बनाने का बहुत शौक है थोनू आज दिखाने लो जी हां मम्मी अज की बना लगे अच्छा कड़ी पकौड़े है ना देखो भी पहला पकौड़े बनाए जा रहे हैं फिर यह कड़ी च पैने मतलब कि जरा बेसन की कढ़ी होंगी है ना बेसन दही ना तो के हाँ आटा गुन्ने के लिए बना लिया अच्छा आ बनाया ठीक है मम्मी दसो इच की पाया बेसन दे विच गंडा ते अपना आलू है हाँ ते जीरा आ पहला पकौड़े बना लिया ना आ गुन्ने आ जीरे पकौड़े बनाने आ बेसन किवें बनाया है पहला दही पाई है बाद च गंडा ते अपना आलू पाता ठीक है उदो बाद शुरू करता मम्मी नू दाल पानी बनाउण दा बहुत शौक आ बना के दिने असीं घट बनाउणे आ मम्मी तो उसे पेंड का अक्सर ही बनाते रहते बनती बहुत स्वाद है हाँ बहुत वधिया बनती है पकौड़े वाली तो कदे कोई कोई बनाउंदा सारे नहीं बनाउंदे अंबरती हुंदा बनती रहिंदी बिल्कुल ਜਿਵੇਂ ਕਈ ਵਾਰੀ ਉਹ ਹੋਕਾ ਨਹੀਂ ਹੁੰਦੇ ਫਿਰਦੇ ਜਿਹੜੇ ਚਾਰ ਚੂਰ ਵੇਚਦੇ ਭਾਈ ਕਿਸੇ ਵਕਤ ਘਰ ਵਿੱਚ ਦਾਲ ਸਬਜ਼ੀ ਨਾ ਹੋਵੇ ਤਾਂ ਤੁਸੀਂ ਅੰਬ ਦਾ ਚਾਰ ਖਾ ਸਕਦੇ ਹੋ ਹੁਣ ਸੋ ਆਪਾਂ ਕਹਿੰਦੇ ਕਈ ਵਾਰੀ ਆਪਣੇ ਕੋਲ ਬਾਜ਼ਾਰ ਨਹੀਂ ਜਾਂਦੇ ਦਾਲ ਸਬਜ਼ੀ ਨਹੀਂ ਬਣਾਈ ਜਾਂਦੀ ਜਾ ਕੇ ਲਿਆਂਦੀ ਜਾਂਦੀ ਦਾਲ ਸਬਜ਼ੀ ਹੈ ਨਾ ਤਾਂ ਫਿਰ ਆਪਾਂ ਘਰੇ ਬੇਸਨ ਤਾਂ ਮੋਸਟਲੀ ਸਾਰਿਆਂ ਦੇ ਹੁੰਦਾ ਹੀ ਆ ਸੋ ਬੇਸਨ ਦੀ ਆਪਾਂ ਕੜੀ ਬਣਾ ਸਕਦੇ ਹਾਂ ਜਿਹਨੂੰ ਅੰਬਰ ਤੇ ਵੀ ਕਹਿੰਦੇ ਆ ਬਹੁਤ ਸਵਾਦ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਮੈਂ ਵੀ ਹੁਣ ਕਾਫੀ ਟਾਈਮ ਹੋ ਗਿਆ ਨਹੀਂ ਖਾਧੀ ਸੀ ਤੇ ਮੰਮੀ ਹੁਣ ਸਪੈਸ਼ਲ ਤਾਂ ਹੀ ਬਣਾਉਣ ਲੱਗੇ ਆ ਵੀ ਚਲੋ ਅੱਜ ਆਪਾਂ ਅੰਬਰ ਦੀ ਬਣਾਉਣੇ ਆ ਦੇਖੋ ਆ ਪਕੌੜੇ ਬਣ ਗਏ ਆ ਪਕੌੜਿਆਂ ਦੇ ਜਿਹੜੇ ਬਣਾਏ ਆ ਇਹ ਬੇਸਨ ਨੂੰ ਦਹੀਂ ਦੇ ਵਿੱਚ ਗੁੰਨੇ ਆ ਨਾ ਦਹੀਂ ਨਾਲ ਬੇਸਨ ਨੂੰ ਦਹੀਂ ਨਾਲ ਬੇਸਨ ਗੁੰਨੇ ਤੇ ਵਿੱਚ ਆਲੂ ਪਾਏ ਆ ਨਾ ਆਲੂ ਤੇ ਪਿਆਜ਼ ਆਲੂ ਉਬਾਲੇ ਤਾਂ ਨਹੀਂ ਦੂਜੇ ਕੱਚੇ ਆਲੂ ਪਾਏ ਹੋਣ ਚੀਰ ਕੇ ਆਲੂ ਹਾਂ ਆ ਪਿਆਜ਼ ਵਗੈਰਾ ਪਏ ਆ ਆ ਚਟਨੀ ਬਣਾਈ ਨਾਲ ਮੀ ਨਹੀਂ ਨਹੀਂ ਤਾਂ ਹਾਂ ਅਦਕਰ ਰਗੜਿਆ ਅਦਕਰ ਰਗੜਿਆ ਹੈ ਠੀਕ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਰ ਲੈਣਾ ਤੜਕਾ ਲਾ ਦੇਣੇ ਤੇ ਮੜ ਕੇ ਅੰਬਰ ਦੀ ਆਟਾ ਕੋਲ ਕੇ ਦੇ ਪਾ ਦੇਣੇ ਠੀਕ ਆ ਜਦੋਂ ਇਹ ਪਕੌੜੇ ਬਣ ਗਏ ਉਸ ਤੋਂ ਬਾਅਦ ਕੀ ਕਰਨਾ ਬਸ ਆਹ ਤੜਕਾ ਲਾ ਕੇ ਦੇ ਵਿੱਚ ਘੋਲ ਕੇ ਪਾ ਦੇਣੇ ਬੇਸਨ ਅੱਛਾ ਬੇਸਨ ਉਹ ਅਲੱਗ ਘੋਲਣਾ ਹੋਊਗਾ ਉਹ ਅਲੱਗ ਘੋਲ ਕੇ ਪਾਉਣਾ ਪਕੌੜੇ ਵਿੱਚ ਪਾ ਦੇਣੇ ਤੇ ਬੇਸਨ ਘੋਲ ਕੇ ਕਿਹੜਾ ਇੱਕ ਹਿਸਾਬ ਦਾ ਜਿਵੇਂ ਆਪਾਂ ਕੁੱਕਰ ਚ ਉਬਾਲ ਦੇਾਂਗੇ ਵੀ ਉਹ ਵੀ ਹਾਂ ਬਣਾ ਕੇ ਵੀ ਵਿਖਾਵਾਂਗੇ ਤੁਹਾਨੂੰ ਹਾਂ ਸਾਰ ਵੀ ਵਿਖਾਵਾਂਗੇ ਸਾਰੀ ਬੰਦੀ ਦਿਖਾਵਾਂਗੇ ਪਹਿਲਾਂ ਪਕੌੜੇ ਬਣ ਰਹੇ ਆ ਹਾਂ ਹੁਣ ਪਕੌੜੇ ਬਣਦੇ ਆ ਹੁਣ ਕਈਆਂ ਨੂੰ ਇਹ ਨਹੀਂ ਪਤਾ ਹੁਣ ਮੰਮੀ ਜੇਠੇ ਕੀ ਹੁੰਦੇ ਆ ਪਹਿਲਾਂ ਜਿਹੜਾ ਜਨਮ ਲਿਆ ਜੀ ਹਾਂ ਜਿਹੜਾ ਘਰ ਦਾ ਸਭ ਤੋਂ ਵੱਡਾ ਬੱਚਾ ਹੁੰਦਾ ਜਿਵੇਂ ਦੋ ਬੱਚੇ ਮੰਨ ਲਓ ਜਿਹੜਾ ਵੱਡਾ ਉਹਨੂੰ ਜੇਠਾ ਕਹਿੰਦੇ ਆ ਜਿਹੜੇ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੁੰਦਾਗਾ ਸਿਆਣਿਆਂ ਨੂੰ ਤਾਂ ਪਤਾ ਹੀ ਆ ਨਾ ਲਓ ਜੀ ਮੰਮੀ ਨੇ ਜਿਹੜੇ ਪਕੌੜੇ ਪਾਉਣੇ ਆ ਅੰਮ੍ਰਿਤੀ ਦੇ ਵਿੱਚ ਕੜੀ ਦੇ ਵਿੱਚ ਰੈਡੀ ਹੋ ਚੁੱਕੇ ਆ ਤੇ ਇੱਧਰ ਇਹਨੇ ਤੜਕਾ ਲਾਇਆ ਮੰਮੀ ਤੜਕਾ ਭੁੰਨ ਲਿਆ ਹੁਣ ਠੀਕ ਆ ਤੇ ਆ ਬੇਸਨ ਘੋਲਿਆ ਲੱਸੀ ਵਿੱਚ ਠੀਕ ਆ ਹੁਣ ਇਹਨੂੰ ਵਿੱਚ ਪਾਉਣੇ ਲੱਸੀ ਦੇ ਵਿੱਚ ਬੇਸਨ ਘੋਲ ਲਿਆ ਤੜਕੇ ਦੇ ਵਿੱਚ ਕੀ ਕੀ ਉਹ ਪਿਆਜ਼ ਅਦਰਕ ਹਨਾ ਪਿਆਜ਼ ਅਦਰਕ ਤੇ ਟਮਾਟਰ ਲਸਣ ਟਮਾਟਰ ਨਹੀਂ ਪਾਇਆ ਮੈਂ ਬਹੁਤ ਖੱਟੀ ਹੋ ਜੂਗੀ ਅੱਛਾ ਲਓ ਜੀ ਜਦੋਂ ਇਹ ਬਣ ਗਈ ਚੰਗੀ ਤਰ੍ਹਾਂ ਨਾ ਉਸ ਤੋਂ ਬਾਅਦ ਪਕੌੜੇ ਪੈਣਗੇ ਹਾਂ ਰਿੰਨ ਕੇ ਜਮਾ
ठीक है। आप खास तौर पर बना लगे कढ़ाई के कुकर च नहीं बन सकती हूँ बन जाती है मैं देखी बना ली मैं। अच्छा कढ़ाई च भी वधिया चीज़ बन जाती है ना। तो देखो जी पानी हिसाब कर देना पा लेना चंगी तरह जिन्नी चार इन्ना उन्नी वधिया पाना है इन्हें हौली हौली पानी सुक जाना बिचो ना संघनी हो जाऊगी अपना मूंगी की दाल वांग जी हो जी। ਇਹ ਬਾਕੀ ਜਿਹੜੀਆਂ ਅੰਬਰ ਦੀ ਹੁੰਦੀ ਹੈ ਖੱਟੀ ਖੱਟੀ ਬੜੀ ਸਵਾਦ ਲੱਗਦੀ ਆ। 1 ਕੱਪ ਪਾਣੀ ਦਾ ਪਾਇਆ 1 ਲੱਸੀ ਦਾ ਪਾਇਆ। ਅੱਛਾ 1 ਕੱਪ ਪਾਣੀ ਦਾ 1 ਕੱਪ ਲੱਸੀ ਦਾ ਤੇ ਵੇਸਣ ਮੰਮੀ ਕਿੰਨਾ ਪਾਇਆ? ਵੇਸਣ ਕੜਛੀ ਪਾਈ ਆ ਇਹਦੇ ਚ ਕੜਛੀ ਕਿਹੜੀ ਕੜਛੀ ਪਕੌੜਿਆਂ ਦੀ ਆਹ ਕੜਛੀ ਪਾਈ ਆ ਵੀ ਦਿਖਾਇਓ ਇੱਕ ਵਾਰੀ ਕਿੱਡੀ ਕੜਛੀ ਆ ਇਹ ਲਓ ਜੀ ਆਹ ਕੜਛੀ ਦਾ 1 ਵੇਸਣ ਦਾ 1 ਕੜਛੀ ਪਾਈ ਆ ਇੱਕ ਪਾਈ ਆ ਭਰ ਕੇ ਠੀਕ ਆ ਲੱਸੀ ਦਾ 1 ਕੱਪ ਆਪ ਆਲ ਹਾਂ ਲੱਸੀ ਦਾ ਤੇ 1 ਕੱਪ ਹੋ ਗਿਆ ਪਾਣੀ ਦਾ ਪਾਣੀ ਦਾ ਮੰਮੀ ਬਣਦਾ ਖੁੱਲੀ ਡੁੱਲੀ ਜਾਊ ਖਾਣ ਵਾਲੇ ਆਪਾਂ ਘੱਟ ਆਪਾਂ ਕੱਲ ਕੀ ਕਰਾਂਗੇ ਖਰਾਬ ਨਹੀਂ ਹੁੰਦੀ ਭਾਈ ਆ ਪਏ ਪਕੌੜੇ ਚੰਗੀ ਤਰ੍ਹਾਂ ਰਹਿਣ ਕਿਤੇ ਮਗਰ ਪਕੌੜੇ ਪਾ ਕੇ ਦਿਵਾਲਾ ਦਿਵਾ ਦਾਂਗੇ ਠੀਕ ਆ ਸੌਖਾ ਇਹ ਤਾਂ ਮੈਨੂੰ ਵੀ ਆ ਗਿਆ ਫਿਰ ਇਹਦਾ ਕੀ ਔਖਾ ਠੀਕ ਆ ਇਹ ਜੋ ਸੰਗੜੀ ਹੋ ਗਈ ਉਸ ਤੋਂ ਬਾਅਦ ਪਾਵਾਂਗੇ ਨਾ ਕਿੰਨੇ ਘੰਟੇ ਦੀ ਕਿੰਨਾ ਟਾਈਮ ਲੱਗੂਗਾ ਇੱਥੇ ਇਹਦੇ ਚ 10 ਮਿੰਟ ਲੱਗ ਹੀ ਜਾਣਗੇ ਵਾਲਾ ਆਊਗਾ ਅੱਗ ਘੱਟ ਕੇ ਤੇਜ਼ ਕਰਨੀ ਹੁੰਦੀ ਆ ਤੇਜ਼ ਹੀ ਕਰਨੀ ਕਿਹੜਾ ਤਾਂ ਤੇਜ਼ ਕਰਨੀ ਆ ਹੈ ਇਹ ਵਾਲਾ ਆਊਗਾ ਰਿੱਜੂ ਕੋ ਸਬਜ਼ੀ ਵਾਂਗ ਨਹੀਂ ਅੱਛਾ ਚਲ ਹੁਣ ਮੈਂ ਚੇਤਨ ਨੂੰ ਤਾਂ ਬਣ ਗਈ ਇਹ ਫਿਰ ਚਲੋ ਜੀ ਹੁਣ ਉਹਦਾ ਵਿਖਾਵਾਂਗੇ ਤੁਹਾਨੂੰ ਜਦੋਂ ਪਕੌੜੇ ਪਾਏ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਜਦੋਂ ਬਣ ਗਈ ਇੱਕ ਟਕਣੀ ਨਹੀਂ ਉੱਤੋਂ ਇਹ ਟਕਣੀ ਨਹੀਂ ਬਈ ਉੱਤੋਂ ਜੇ ਉੱਬਲ ਗਈ ਤਾਂ ਛਣ ਜੂਗੀ ਠੀਕ ਹੈ ਟਕਣੀ ਨਹੀਂ ਹੁੰਦੀ ਹੈ ਹਾਂ ਟਕਣੀ ਨਹੀਂ ਜੇ ਚੁੱਲ੍ਹੇ ਤੇ ਬਣਾਉਣੀ ਤਾਂ ਥੋੜੀ ਅੱਗ ਕਰਕੇ ਗੈਸ ਤੇ ਤਾਂ ਹੁਣ ਆਪਾਂ ਕੋਲੇ ਖੜੇ ਆ ਛਣ ਜਾਂਦੀ ਵਿੱਚ ਮੋਰੀਆਂ ਨਿਕਲ ਜਾਂਦੀਆਂ ਪਕੌੜੇ ਬਹੁਤ ਸਵਾਦ ਬਣੇ ਆਪਾਂ ਦਹੀਂ ਕਿਉਂ ਨਹੀਂ ਪਾਉਂਦੇ ਹੁੰਦੇ ਵੈਸੇ ਦਹੀਂ ਪਰ ਪਕਾਉਂਦੇ ਨਹੀਂ ਆਪਾਂ ਹੀ ਬਣਾਉਂਦੇ ਆ ਪਕੌੜੇ ਜਿਵੇਂ ਉਹਨੇ ਵੀ ਬਹੁਤ ਬਣੇ ਆ ਹਾਂ ਬਹੁਤ ਸਵਾਦ ਲੱਗਦੇ ਆ ਲੱਗਦਾ ਕੱਲੇ ਪਕੌੜੇ ਹੀ ਖਾ ਲਾਂਗੇ ਆ ਦੇਖੋ ਪਕੌੜੇ ਵੀ ਖੱਟੇ ਖੱਟੇ ਬਣੇ ਆ ਵੀ ਜਿਵੇਂ ਵਿੱਚ ਕੋਈ ਨਿੰਬੂ ਪਾਇਆ ਹੁੰਦਾ ਜੋ ਵੀ ਖਾਈ ਜਾਂਦਾ ਹਾਂ ਉਹ ਖਾਈ ਜਾਂਦਾ ਚਲੋ ਹੁਣ ਇਹਨੂੰ ਥੋੜਾ ਜਿਹਾ 10 ਮਿੰਟ ਰਿੱਝ ਲੈਣ ਦਿਓ ਰਿੰਨ ਕੇ ਫੇਰ ਵਿਖਾਵਾਂਗੇ ਫੇਰ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਬਣੀ ਆ ਲਓ ਜੀ ਮੰਮੀ ਨੇ ਅੰਮ੍ਰਿਤ ਦੀ ਜਾਨੀ ਕਿ ਕੜੀ ਕਰਤੀ ਆ ਤਿਆਰ ਤੇ ਦੇਖੋ ਪੂਰੀ ਤਰ੍ਹਾਂ ਇਹ ਜਿਹੜੀ ਪਹਿਲਾਂ ਤੁਹਾਨੂੰ ਪਤਲੀ ਜੀ ਲੱਗਦੀ ਸੀ ਸੰਘਣੀ ਹੋ ਗਈ ਆ ਤੇ ਜਿਹੜੇ ਪਕੌੜੇ ਆ ਵਿੱਚ ਬਣ ਗਏ ਆ ਘੁਲ ਗਏ ਆ ਪੂਰੀ ਤਰ੍ਹਾਂ ਤੇ ਬਹੁਤ ਜ਼ਿਆਦਾ ਟੇਸਟੀ ਆ ਮੰਮੀ ਕਿੰਨਾ ਟਾਈਮ ਲੱਗਿਆ ਬਣਾਉਣ ਚ 10-15 ਮਿੰਟ ਲੱਗੇ ਬਸ ਹਾਂ ਟਾਈਮ ਕੁਝ ਵੀ ਨਹੀਂ ਲੱਗਿਆ ਪਰ ਇਹ ਚੀਜ਼ ਬਹੁਤ ਵਧੀਆ ਬਣਦੀ ਹੈ ਨਾਲੇ ਹੈਲਦੀ ਆ ਸਿਹਤਦਾਰ ਆ ਕੋਈ ਨੁਕਸਾਨ ਵੀ ਨਹੀਂ ਵਧੀਆ ਚੀਜ਼ ਆ ਤੇ ਉਹੀ ਗੱਲ ਜਿਵੇਂ ਬਾਬੇ ਹੋ ਬਹੁਤ ਸੌਖੀ ਹੈ ਇਹ ਹਾਂ ਬਣਾਉਣੀ ਵੀ ਸੌਖੀ ਹੈ ਕੋਈ ਔਖਾ ਕੰਮ ਨਹੀਂ ਪਹਿਲਾਂ ਪਕੌੜੇ ਬਣਾ ਲੈਨੇ ਆ ਅੱਛਾ ਤੜਕਾ ਬਣਾ ਕੇ ਦੇ ਆ ਤੱਕ ਹੋ ਕੇ ਪਾਵਾਂਗੇ ਇਸ ਹਾਂ ਬਹੁਤ ਸੌਖਾ ਯੂ ਵੀ ਇੱਧਰ ਦੇਖੋ ਬੀਬੀ ਨੇ ਕੀ ਬਣਾਇਆ ਯੂਵੀ ਨੇ ਕੱਲੇ ਪਕੌੜੇ ਖਾਦੇ ਆ ਉਹ ਦੇਖ ਅੰਮ੍ਰਿਤੀ ਬਣੀ ਆ ਖਾਊਂਗਾ ਤੂੰ ਦੂਰ ਰਹਿਣਾ ਮਾੜਾ ਜਾ ਇਹ ਕੀ ਆ ਅੰਮ੍ਰਿਤੀ ਅੰਮ੍ਰਿਤੀ ਜਿਹਨੂੰ ਕੜੀ ਕਹਿੰਦੇ ਬਹੁਤ ਸਵਾਦ ਲੱਗਦੀ ਕੜੀ ਚੌਲ ਸੁਣੇ ਨਾ ਤੂੰ ਕਈ ਕੜੀ ਚੌਲ ਖਾਂਦੇ ਹੁੰਦੇ ਆ ਕੜੀ ਚੌਲ ਬਹੁਤ ਵਧੀਆ ਲੱਗਦੇ ਹਾਂ ਕੜੀ ਤੇ ਜ਼ਰੂਰ ਬਣਾਉਂਦੇ ਵੇ ਕਾਉਂਦਾ ਤੂੰ ਨਹੀਂ ਖਾਦੇ ਤੈਨੂੰ ਚੌਲ ਪਸੰਦ ਆ ਕੜੀ ਜਿਹੜੀ ਕੜੀ ਵੱਧ ਗਈ ਨਾ ਮੰਮਾ ਨੂੰ ਕਹਿ ਦੇਗੇ ਦੁਪਹਿਰੇ ਤੈਨੂੰ ਕੜੀ ਚੌਲ ਖਾ ਲਈ ਤੂੰ ਫਿਰ ਕੜੀ ਚੌਲ ਬਣਾਵਾਂਗੇ ਨਹੀਂ ਖਾਦੇ ਲਓ ਜੀ ਵਧੀਆ ਬਣ ਗਈ ਚੀਜ਼ ਬਾਕੀ ਹੁਣ ਜੋ ਟੇਸਟ ਕੀਤਾ ਰੋਟੀ ਤਿਆਰ ਹੀ ਆ ਲਗਭਗ ਬਣਾਉਣੇ ਆ ਰੋਟੀ ਤੇ ਫਿਰ ਤੁਹਾਨੂੰ ਦਿਖਾਵਾਂਗੇ ਕਿਵੇਂ ਲੱਗੀ ਅੰਮ੍ਰਿਤ ਦੀ ਮੰਮੀ ਨੇ ਬਹੁਤ ਵਧੀਆ ਬਣਾਤੀ ਆ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਮੰਮੀ ਨੇ ਕੜੀ ਬਣਾਈ ਆ ਤਿਆਰ ਹੋ ਗਈ ਆ ਤੇ ਛਕਦੇ ਆ ਨਾਲ ਤੁਹਾਨੂੰ ਦੱਸਾਂਗੇ ਵੀ ਬਈ ਕਿਵੇਂ ਆਨੈਸਟ ਰਿਵਿਊ ਆਪਾਂ ਦਿੰਨੇ ਹੁੰਦੇ ਤੁਹਾਨੂੰ ਪਤਾ ਹੀ ਆ ਤੇ ਬਹੁਤ ਵਧੀਆ ਬਣਿਆ ਵੇ ਬਿਲਕੁਲ ਐਂ ਖੱਟੀ ਖੱਟੀ ਬਹੁਤ ਜ਼ਿਆਦਾ ਵਧੀਆ ਬਣੀ ਆ ਅਤੇ ਜਿਹੜੇ ਵਿੱਚ ਪਕੌੜੇ ਪਾਏ ਉਹਨਾਂ ਦਾ ਟੇਸਟ ਵੀ ਅਲੱਗ ਹੀ ਆ ਰਿਹਾ ਬਹੁਤ ਵਧੀਆ ਚੀਜ਼ ਆ ਜ਼ਰੂਰ ਘਰ ਬਣਾ ਕੇ ਦੇਖਿਓ ਬਣਾਉਣ ਦੀ ਤੁਹਾਨੂੰ ਸਾਰੀ ਰੈਸਪੀ ਦੱਸ ਹੀ ਦਿੱਤੀ ਆ ਬਹੁਤ ਈਜ਼ੀ ਬਣ ਜਾਂਦੀ ਆ ਅਤੇ ਪਰ ਸਵਾਦ ਬਹੁਤ ਜ਼ਿਆਦਾ ਆਹ ਦੇਖੋ ਪਕੌੜਿਆਂ ਦਾ ਆਨੰਦ ਵਿੱਚ ਆਉਂਦੀ ਆ ਬਹੁਤ ਵਧੀਆ ਜੇ ਟਮਾਟਰ ਪਾਉਣਾ ਹੋਵੇ ਟਮਾਟਰ ਵੀ ਪਾ ਸਕਦੇ ਹਾਂ ਇਹ 'ਚ ਖਟਿਆਈ ਪਹਿਲਾਂ ਹੀ ਕਿਉਂਕਿ ਦਹੀਂ ਪਾਈ ਸੀ ਤਾਂ ਕਰਕੇ ਬਹੁਤ ਸੀ ਅਤੇ ਟਮਾਟਰ ਨਾਲ ਹੋਰ ਵੀ ਵਧੀਆ ਬਣ ਸਕਦੀ ਹੈ ਲਓ ਜੀ ਆਪਣੇ 3 ਕੋਰੀਅਰ ਰੈਡੀ ਸੀ ਇੱਕ ਕੈਨੇਡਾ ਇੱਕ USA ਅਤੇ ਇੱਕ ਪੰਜਾਬ 'ਚ ਜਾਣਾ ਚਲੋ ਜੀ ਫੜਾ ਕੇ ਆਈਏ ਮੁੰਡਾ ਪਹੁੰਚ ਗਿਆ ਕੋਰੀਅਰ ਵਾਲਾ ਅਤੇ ਚੱਲਦੇ ਹਾਂ ਕੋਰੀਅਰ ਦਿੰਦੇ ਹਾਂ ਉਹਨੂੰ ਪ੍ਰਧਾਨ ਫਿਰ ਆ ਗਿਆ ਸਾਡਾ ਸਤਿ ਸ਼੍ਰੀ ਅਕਾਲ ਲੈ ਜੂੰਗਾ ਰੱਖ ਕੇ ਹਾਂਜੀ ਹਾਂਜੀ ਰਾਮ ਨਾਲ ਲਾਇਆ ਵੀਰੇ ਲਫਾਫਾ ਬਚਾ ਕੇ ਸਾਡੀ ਕੋਈ ਗੱਲ ਨਹੀਂ चलो ठीक है भाई ओके।
ਲਓ ਜੀ ਮੰਮੀ ਬੈਠੀ ਹੈ ਇੱਧਰ, ਨਵਨੀਤ ਕੌਰ, ਜਿਹੜੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਆ ਖਾਸ ਤੌਰ 'ਤੇ ਸੂਟਾਂ ਲਈ, ਉਹਨਾਂ ਦਾ ਰਿਪਲਾਈ ਕਰ ਰਹੇ ਆ। ਅਤੇ ਮੰਮੀ ਨੇ ਅੱਜ ਬਣਾਈ ਕੜੀ, ਅਸੀਂ ਸੁਬਹਾ ਵੀ ਕੜੀ ਖਾਧੀ ਅਤੇ ਰਾਤ ਨੂੰ ਵੀ ਕੜੀ ਖਾਧੀ ਆ। ਕਿਵੇਂ ਫਿਰ ਮੰਮੀ, ਸਾਰਿਆਂ ਨੇ ਬਹੁਤ ਪਸੰਦ ਕੀਤੀ ਆ ਮੈਨੂੰ ਲੱਗਦਾ ਕੜੀ, ਜਿਹੜੇ ਦੇਖ ਵੀ ਰਹੇ ਹੋਣਗੇ ਉਹਨਾਂ ਨੂੰ ਪਸੰਦ ਆ ਰਹੀ ਹੋਊਗੀ, ਅਤੇ ਸਾਨੂੰ ਫੈਮਿਲੀ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ। ਯੂਵੀ ਨੇ ਵੀ ਖਾਧੀ ਹੈ ਨਾ, ਜਿਹੜੇ ਪਕੌੜੇ ਸੀ ਉਹ ਖਾਧੇ ਅਤੇ ਨਾਲ ਚੌਲ, ਕੜੀ ਚੌਲ ਮਿਲੇ ਦਾ ਖਾਧੇ ਯੂਵੀ ਨੇ ਅੱਜ। ਅੱਛਾ ਮਿੱਠੇ ਚੌਲ ਖਾਧੇ ਆ। ਮੰਮੀ ਦੀਆਂ ਉਹਦੇ ਬੋਲੀਆਂ ਸਾਰਿਆਂ ਨੇ ਬਹੁਤ ਪਸੰਦ ਕੀਤੀਆਂ। ਉਸ ਤੋਂ ਬਾਅਦ ਮੰਮੀ ਨੇ ਇੱਕ ਦੋ ਬੋਲੀਆਂ ਹੋਰ ਵੀ ਯਾਦ ਕੀਤੀਆਂ ਅੱਜ ਸੌਣ 'ਤੇ। ਕੋਈ ਹੋਰ ਬੋਲੀ ਵੀ ਮੰਮੀ ਆਉਂਦੀ ਹੈ ਕਿ ਉਹੀ ਆਉਂਦੀ ਸੀ ਉਦਿਆਂ ਵਾਲੀ? ਸੁਣਾਰੇ ਕੋਈ ਗੱਲ ਨਹੀਂ, ਟਾਈਮ ਦਾ ਕੋਈ ਨਹੀਂ ਸਾਰੇ। ਅੱਛਾ ਇਸ ਵੇਲੇ ਨਹੀਂ ਕੋਈ ਬੋਲੀ ਯਾਦ ਆਉਂਦੀ? ਨੀਤੂ ਤੂੰ ਸੁਣਾ ਦੇ, ਉਹ ਤੈਨੂੰ ਉਹਦੀ ਨਹੀਂ ਕਹੀ ਸੁਣਾ ਦਿੰਦੇ? ਹੋਰਾਂ ਦੇ ਜੀ ਜੇ ਲੰਮ ਤੜੰਮੇ ਮੇਰਾ ਜੀਜਾ ਮੇਚਦਾਨੀ, ਜਿਹੜੀ ਰੋਡ 'ਤੇ ਪਕੌੜੇ ਵੇਚਦਾਨੀ। ਅੱਛਾ ਹਰਕੇ ਦਾ ਜੀਜਾ ਹੈ ਨਹੀਂ, ਪਰ ਹਰਕੇ ਦੀ ਬਹਿਣਾ ਜੋ ਉਸਕੀ ਸ਼ਾਦੀ ਨਹੀਂ ਹੋਈ ਉਹ ਕੈਨੇਡਾ ਮੇ ਹੈ, ਉਹ ਦੇਖ ਰਹੀ ਹੈ ਵੀ ਵਲੋਗ। ਸੋ ਆਪਾਂ ਜਿਹੜਾ ਹੁਣ ਮੇਰੀ ਹਾਈਟ ਤਾਂ ਜਿਵੇਂ 6'3" ਆ, ਸੋ ਜੋ ਤੇਰੇ ਲਈ ਆਪਾਂ ਮੁੰਡਾ ਥੋੜ੍ਹਾ ਜਿਹਾ ਮਧਰਾ ਲੱਭਾਂਗੇ ਫਿਰ ਨੀਤੂ ਬੋਲੀ ਪਾ ਸਕਿਆ ਕਰੂਗੀ, ਠੀਕ ਆ। ਇੱਕ ਬੋਲੀ ਮੈਨੂੰ ਅੱਗੇ ਯਾਦ ਆ ਨਾ, ਬੜੀ ਪਾਉਂਦੇ ਹੁੰਦੇ ਸੀਗੇ ਮੰਮੀ, ਉਹ ਸੁਣਾ ਦੇ, ਤੀਰ 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 ਦੀਦੀ ਸੁਣਾਉਂਦੇ ਹੁੰਦੇ ਸੀ। ਤੀਰ 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 ਨੀ ਮੁੰਡਿਆਂ ਦੀ ਟੋਲੀ ਆਉਂਦੀ, ਚਲੋ ਵਧੀਆ ਗੱਲ ਆ ਜੀ, ਵਧੀਆ ਗੱਲ ਇਹ ਹੋ ਗਈ। ਹੋਰ ਕੋਈ ਬੋਲੀ ਦੱਸੋ ਤੁਸੀਂ, ਮੈਂ ਤੁਹਾਨੂੰ ਦੱਸੋ ਬੋਲੀਆਂ ਤੁਹਾਨੂੰ ਆਉਣੀਆਂ ਚਾਹੀਦੀਆਂ ਯਾਦ, ਸੁਣਾ ਫਿਰ ਕੀ ਹੋ ਗਿਆ ਬੋਲੀ ਸੁਣਾਉਣੀ? ਪੁਰਾਣਾ ਸੱਭਿਆਚਾਰ, ਇਹ ਬੋਲੀਆਂ ਸੁਣਾਉਣ ਦਾ ਮਤਲਬ ਮੇਨ ਇਹ ਆ ਬਈ ਜਿਹੜਾ ਪੁਰਾਣਾ ਸੱਭਿਆਚਾਰ ਆ ਨਾ ਉਹ ਸਾਰਿਆਂ ਨੂੰ ਪਤਾ ਲੱਗ ਸਕੇ ਭੈਣ ਭਰਾਵਾਂ ਨੂੰ। ਤੇ ਤੁਸੀਂ ਧੀਆਂ ਦੇ ਰੱਖੀਆਂ ਚੜੇ ਮਹੀਨੇ ਆਇਆ ਕਰੋ, ਡੁੱਬ ਜਾਣੀਆਂ ਦਾ ਕਦਰ ਵਧਾਇਆ ਕਰੋ, ਡੁੱਬ ਜਾਣੀਆਂ ਦਾ ਕਦਰ ਵਧਾਇਆ ਕਰੋ। ਲਓ ਜੀ ਮੰਮੀ ਨੇ ਵੀ ਸੁਣਾ ਦਿੱਤਾ ਧੀਆਂ ਲਈ, ਮੰਮੀ ਹਮੇਸ਼ਾ ਬੋਲੀਆਂ ਧੀਆਂ ਲਈ ਸੁਣਾਉਂਦੀ ਆ। ਸੋ ਵਧੀਆ ਗੱਲ ਆ, ਵਧੀਆ। ਇੱਧਰ ਡਾਕਟਰ ਨਵਨੀਤ ਕੌਰ ਨੂੰ ਕੋਈ ਬੋਲੀ ਆਉਂਦੀ ਹੈ ਕਿ ਨਹੀਂ? ਤੂੰ ਕਦੇ ਕੋਈ ਬੋਲੀ ਨਹੀਂ ਸੁਣਾਈ ਮੈਨੂੰ, ਕਿੱਥੋਂ ਬੋਲੀਆਂ ਆਉਂਦੀਆਂ ਨੇ? ਉਹ ਤਾਂ ਤੂੰ ਇੰਨੀਆਂ ਗੱਲਾਂ ਸੁਣਾਉਣੀਆਂ, ਬੋਲੀਆਂ ਨਹੀਂ ਤੈਨੂੰ ਆਉਂਦੀਆਂ? ਨਹੀਂ ਨਹੀਂ ਬੋਲੀਆਂ ਨਹੀਂ ਆਉਂਦੀਆਂ। ਹੋਰ ਕਿਹੜੀ ਸੁਣਾਈ ਏ ਹੋਰ ਵੀ, ਕਿਉਂਕਿ ਹੁਣ ਗੱਲਾਂ ਬਾਤਾਂ ਕਰੀ ਜਾਂਦੇ ਆ। ਨੱਚਣਾ ਗਿੱਧਾ ਪਾਉਣਾ ਆਉਂਦਾ ਤੈਨੂੰ? ਚੱਲ ਗਿੱਧਾ ਪਾ ਕੇ ਇੱਕ ਗੇੜਾ ਦੇ ਕੇ ਦਿਖਾ। ਨਹੀਂ ਨਹੀਂ ਨਹੀਂ, ਗਿੱਧਾ ਪਾ ਕੇ ਦਿਖਾ ਦੇ। ਨਹੀਂ ਮੈਨੂੰ ਐਦਾਂ ਵੀ ਨਹੀਂ ਆਉਂਦਾ ਹੈਗਾ, ਕੱਲੀ ਭੈਣ ਵੀਰਾ ਕਰ ਤੇਰੇ ਟਿਕਟਾਂ ਦੀ ਲੈ ਦੇ ਗੁੜਤੀ। ਲੈ ਮੰਮੀ ਨੇ ਇੱਕ ਹੋਰ ਸੁਣਾ ਦੀ ਬੋਲੀ, ਠੀਕ ਆ। ਦੋ ਸੁਣਾ ਦੀਆਂ ਭਲਾ ਵੇਖੀ ਜਾਓ ਕੀ ਵੇਖੂਗੀ। ਲੈ ਵਧੀਆ ਗੱਲ ਆ, ਚੰਗੀ ਗੱਲ ਆ। ਪੁਰਾਣਾ ਸੱਭਿਆਚਾਰ ਇਹ ਬੋਲੀਆਂ ਹੈ ਨਾ, ਪੁਰਾਣਾ ਪਹਿਰਾਵਾ, ਪੁਰਾਣੀਆਂ ਬੋਲੀਆਂ, ਬਹੁਤ ਚੰਗੀ ਗੱਲ ਆ। ਕਿਉਂਕਿ ਬਹੁਤ ਸਾਰੇ ਜਿਹੜੇ ਨਵੇਂ ਬੱਚੇ ਅੱਜ ਕੱਲ੍ਹ ਉਹ ਗੇਮਾਂ ਖੇਡਦੇ ਰਹਿੰਦੇ ਆ ਜਾਂ ਮੋਬਾਈਲ ਦੇਖਦੇ ਰਹਿੰਦੇ ਆ ਨਾ, ਜਾਂ ਊਂ ਅੱਜ ਕੱਲ੍ਹ ਟੁੱਟੇ ਭੱਜੇ ਜੇ ਗਾਣੇ ਆਉਂਦੇ ਆ ਨਾ, ਆ ਪੁਰਾਣੀਆਂ ਬੋਲੀਆਂ ਕਿਸੇ ਨੂੰ ਆਉਂਦੀਆਂ ਨਹੀਂ। ਅੱਗੇ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਵੇਖ ਲਾ, 8-8, 10-10 ਦਿਨ ਪਹਿਲਾਂ ਹੀ ਲੱਗ ਜਾਂਦੇ ਸੀ ਲੋਕੀ ਹੈ ਨਾ। ਹੋਰ ਯਾਦ ਆ ਗਈ, ਚਿੱਠੀ ਪਾ ਦੇਵੇ ਸਰ ਬਣਾ ਵੀਰਾ ਭੈਣ ਪੁਰ ਦੇ ਸਣ ਨੂੰ, ਚਿੱਠੀ ਪਾ ਦੇਵੇ ਸਰ ਬਣਾ ਵੀਰਾ ਬਾਬੋ ਚੰਦਰੀ ਪੌਣ ਨਾ ਦੇਵੇ, ਚਿੱਠੀਆਂ ਦੀ ਡਾਕ ਭਰ ਦਿਆਂ ਬਾਬੋ ਕਿਹੜਾ ਹੱਥ ਫੜ ਲੂ, ਚਿੱਠੀ ਲਿਖਤਾ ਕੀ ਏ ਚ ਪਏ ਕੇ। ਮੇਰਾ ਸਾਹ ਚੜ ਜਾਂਦਾ ਮੰਮੀ, ਤਾਂ ਹੁਣ ਥੋੜ੍ਹਾ ਜਿਹਾ ਗਾਉਂਦੇ ਗਾਉਂਦੇ ਸਾਹ ਚੜ ਜਾਂਦਾ। ਉਰਲੇ ਪਾਸੇ ਕਿੱਕਰਾਂ ਬੇਰੀਆਂ, ਪਹਿਲੇ ਪਾਸੇ ਟੋਬਾ ਮੇਰੇ ਪੁੱਤਰ ਦੀ, ਦੂਰ ਸੁਣੀ ਦੀ ਸੋਭਾ ਮੇਰੇ ਪੁੱਤਰ ਦੀ, ਦੂਰ ਸੁਣੀ ਦੀ ਸੋਭਾ ਮੇਰੇ ਪੁੱਤਰ ਦੀ। ਲੈ ਵੀ ਮੰਮੀ ਨੇ ਇੱਕ ਹੋਰ ਸੁਣਾ ਦਈ ਅੱਗੇ, ਮੰਮੀ ਨੇ ਕੁੜੀਆਂ ਵਾਸਤੇ ਹੀ ਸੁਣਾਈ, ਹੁਣ ਆਪਣੇ ਵਾਸਤੇ ਵੀ ਸੁਣਾ ਦਈ ਆ। ਸੋ ਚਲੋ ਜੀ ਵਧੀਆ ਗੱਲ ਆ, ਹੁਣ ਮੈਂ ਵੀ ਇੱਕ ਤੁਹਾਨੂੰ ਮਲਵਾਈ ਗਿੱਧੇ ਵਾਲੀ ਬੋਲੀ ਸੁਣਾ ਦਿੰਦਾ। ਹੋ ਬਈ ਪਹਿਲਾ ਨਾ ਸਤਿਗੁਰ ਦਾ ਧਿਆਈਏ, ਜਿਸ ਨੇ ਜਗਤ ਬਣਾਇਆ ਬਈ ਭਾਂਤ ਭਾਂਤ ਦੇ ਫੁੱਲ ਸਜਾ ਕੇ,
ਭਾਂਤ ਭਾਂਤ ਦੇ ਫੁੱਲ ਸਜਾ ਕੇ ਸੋਹਣਾ ਚਮਨ ਬਣਾਇਆ ਵੀ ਕਦੇ ਕਿਸੇ ਦੀ ਕਹੀ ਨਾ ਕਰਦੇ ਕਰਦੇ ਜੋ ਚਿੱਤੇ ਆਇਆ ਗਿੱਧਾ ਪਾਉ ਮੁੰਡਿਓ ਸਿਰ ਸਤਿਗੁਰ ਦੀ ਛਾਇਆ ਗਿੱਧਾ ਪਾਉ ਮੁੰਡਿਓ ਸਿਰ ਸਤਿਗੁਰ ਦੀ ਛਾਇਆ ਗਿੱਧਾ ਪਾਉ ਮੁੰਡਿਓ ਹੋ ਵੀ ਤਾਵੇ 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 ਰਾਹ ਜਗਰਾਵਾਂ ਦੇ ਜੱਟ ਤੇ ਬਾਣੀਆਂ ਲੜਪੇ ਬਾਣੀਏ ਨੇ ਜੱਟ ਢਾਲਿਆ ਵੀ ਉੱਤੇ ਪਏ ਦਾ ਕਾਲ ਜਾ ਧੜਕੇ ਜੱਟ ਕਹਿੰਦਾ ਉੱਠ ਲੈਣ ਦੇ ਖਬਰ ਲਊਂਗਾ ਖੜਕੇ ਜੱਟ ਕਹਿੰਦਾ ਉੱਠ ਲੈਣ ਦੇ ਸੋ ਵੀ ਦੇਖੋ ਬੋਲੀਆਂ ਵੀ ਨਾਲ ਨਾਲ ਪਾਈ ਜਾਂਦੇ ਆ ਹੁਣ ਮੇਰਾ ਤੇ ਮੰਮੀ ਦਾ ਮੁਕਾਬਲਾ ਹੋਇਆ ਖੜਾ ਬੋਲੀਆਂ ਜਾਣਾ ਮੰਮੀ ਤੇਰੀ ਵਾਰੀ ਆ ਗਈ ਮੇਰੀ ਹੁਣ ਯਾਦ ਨਹੀਂ ਹੁਣ ਤੈਨੂੰ ਹੋਰ ਸੁਣਾ ਬੋਲੀ ਮਾਪਿਆਂ ਦੇ ਘਰ ਮਾਜਲਵੇਰੀ ਵਾਲਾ ਉਹ ਸੁਣਾ ਦੇ ਸੁਣਾ ਦੇ ਮਾਪਿਆਂ ਦੇ ਘਰ ਮਾਜਲਵੇਰੀ ਮਾਪਿਆਂ ਦੇ ਘਰ ਮਾਜਲਵੇਰੀ ਸਹੁਰਿਆਂ ਦੇ ਘਰ ਟਾਂਡੀ ਮਾੜੀ ਹੋ ਗਈ ਵੇ ਮਾੜੀ ਹੋ ਗਈ ਵੇ ਹਾਂ ਵੀ ਲਓ ਵੀ ਅੱਜ ਸਾਉਣ ਮਹੀਨੇ ਦੇ ਵਿੱਚ ਉਹਨੇ ਬੋਲੀਆਂ ਪਾਈਆਂ ਨਾ ਚਲੋ ਤੀਆਂ ਤਾਂ ਨਹੀਂ ਲਾ ਸਕਦੇ ਘਰੇ ਬੈਠੇ ਬੋਲੀਆਂ ਪਾਈ ਜਾਂਦੇ ਆ ਸੋ ਇੱਕ ਸ਼ਗਨ ਇਹ ਸ਼ਗਨ ਹੀ ਹੁੰਦਾ ਸੋ ਜਿਹਨੂੰ ਭੈਣ ਭਰਾ ਨੂੰ ਬੋਲੀ ਆਉਂਦੀ ਉਹ ਕਮੈਂਟ ਦੇ ਵਿੱਚ ਬੋਲੀ ਲਿਖ ਕੇ ਜ਼ਰੂਰ ਪਾਵੇ ਫਿਰ ਤੁਹਾਡੀ ਨੈਕਸਟ ਵਲੌਗ ਦੇ ਵਿੱਚ ਤੁਹਾਡੀ ਬੋਲੀ ਸੁਣਾਵਾਂਗੇ ਠੀਕ ਹੈ ਜੀ ਉਹ ਜ਼ਰੂਰ ਸੁਣਾਇਓ ਕਮੈਂਟ ਕਰਕੇ ਆਪਣੀ ਜਿਹੜੀ ਤੁਹਾਨੂੰ ਬੋਲੀ ਆਉਂਦੀ ਉਹ ਸੁਣਾਇਓ ਅਤੇ ਉਹ ਬਈ ਵੱਜੀ ਗੋਲੀ ਜਦੋਂ ਡੈਰ ਦੇ ਖਾਣ ਲੱਗਾ ਡਕਡੋਲੇ ਬਈ ਜਾਨ ਬਚਾ ਕੇ ਭੱਜਣ ਗੋਰੇ ਜਾਨ ਭਜਾ ਕੇ ਭੱਜਣ ਗੋਰੇ ਲੁਕਣ ਕੁਰਸੀਆਂ ਓਲੇ ਬਈ ਉਧਮ ਸਿਉਂ ਮਾਰਿਆ ਲਲਕਾਰਾ ਕਹਿੰਦਾ ਛੱਡੂ ਚਬਾ ਕੇ ਛੋਲੇ ਕਹਿੰਦਾ ਛੱਡੂ ਚਬਾ ਕੇ ਛੋਲੇ ਰੋਕਿਆ ਨਹੀਂ ਰੁਕਦਾ ਸ਼ੇਰ ਪੰਜਾਬੀ ਬੋਲੇ ਰੋਕਿਆ ਨਹੀਂ ਰੁਕਦਾ ਮਾਵਾਂ ਤੀਆਂ ਕੱਤਣ ਲੱਗੀਆਂ ਗੁੱਡੇ ਨਾਲ ਗੁੱਡਾ ਜੋੜ ਕੇ ਹੁਣ ਕਿਉਂ ਮਾਹੇ ਰੋਨੀਆਂ ਤੀਆਂ ਨੂੰ ਸਹੁਰੇ ਤੋਰ ਕੇ ਹੁਣ ਕਿਉਂ ਮਾਹੇ ਰੋਨੀਆਂ ਤੀਆਂ ਨੂੰ ਸਹੁਰੇ ਤੋਰ ਕੇ ਵਾਹ ਜੀ ਵਾਹ ਮੰਮੀ ਨੇ ਇੱਕ ਹੋਰ ਸੁਣਾ ਦੀ ਬੋਲੀ ਅਤੇ ਹੁਣ ਦੇਖੋ ਵੀ ਇਹ ਸਾਰੀਆਂ ਬੋਲੀਆਂ ਸੁਣਾਉਣ ਦਾ ਕਾਰਨ ਇਹ ਹੈ ਵੀ ਜਿਹੜੇ ਨਵੇਂ ਬੱਚੇ ਦੇਖ ਰਹੇ ਆ ਨਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਪੁਰਾਣਾ ਸੱਭਿਆਚਾਰ ਸਾਡਾ ਕੀ ਆ ਕੀ ਬੋਲੀਆਂ ਹੁੰਦੀਆਂ ਨਾ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਬੋਲੀਆਂ ਭੁੱਲ ਹੀ ਗਈਆਂ ਹਾਂ ਇਹ ਪੁਰਾਣਾ ਸੱਭਿਆਚਾਰ ਨੂੰ ਸਾਂਭ ਕੇ ਰੱਖੀਏ ਤਾਂ ਕਰਕੇ ਤੁਹਾਨੂੰ ਬੋਲੀਆਂ ਵੀ ਨਾਲ ਨਾਲ ਸੁਣਾ ਰਹੇ ਹਾਂ ਅਤੇ ਇੱਕ ਦੋਏ ਜਿਹੜੇ ਲਾਉਂਦੇ ਹੁੰਦੇ ਸੀ ਹੈ ਨਾ ਉਹਨਾਂ 'ਚ ਕੋਈ ਆਉਂਦਾ ਵਿਆਹ ਵਾਲਾ ਮੰਮੀ ਕੋਈ ਦੋਏ ਤਾਂ ਭੁੱਲੇ ਉਹ ਨਹੀਂ ਜਿਵੇਂ ਕਰਦੇ ਹੁੰਦੇ ਕਿ ਬਾਬਲ ਤਾਂ ਇਹਦਾ ਦੇਸਾਂ ਦਾ ਰਾਜਾ ਉਹ ਵਾਲਾ ਜਿਵੇਂ ਆਏ ਹੁੰਦੇ ਸੀ ਮੈਨੂੰ ਹੇਕ ਨਹੀਂ ਕੱਢਣੀ ਆਉਂਦੀ ਆਉਂਦੇ ਨਹੀਂ ਤੈਨੂੰ ਹੇਕ ਨਹੀਂ ਕੱਢਣੀ ਆਉਂਦੀ ਇਕੱਲਿਆਂ ਨੂੰ ਦੋ ਜਣਿਆਂ ਦਾ ਮੈਂ ਤੇਰੇ ਨਾਲ ਸੁਣਾਉਣਾ ਸ਼ੁਰੂ ਕਰ ਮੈਨੂੰ ਥੋੜ੍ਹਾ ਥੋੜ੍ਹਾ ਯਾਦ ਆ ਜਿਹੜਾ ਐਂ ਨਹੀਂ ਕਰਦੇ ਹੁੰਦੇ ਕਿ ਪਹਿਲਾ ਪਹਿਲਾ ਬੰਨਾ ਕਿਹਨੇ ਲਾਇਆ ਉਹ ਤਾਂ ਨਾਈ ਤੋਂ ਹੀ ਨਾਈ ਤੋਂ ਹੀ ਤੇ ਲਾ ਦਿੰਦੇ ਹਾਂ ਕੋਈ ਚੱਕਰ ਨਹੀਂ ਆਪਾਂ ਨੂੰ ਕੀ ਆਪਾਂ ਤਾਂ ਸੁਣਾ ਦੇਣਾ ਕੋਈ ਕੁਛ ਨਾ ਵਿਆਹ ਕਰਦੇ ਹੋਏ ਵਿਆਹ ਦੇ ਵਿੱਚ ਸੁਣਾਉਂਦੇ ਹੁੰਦੇ ਨਾ ਨਾਈ ਧੋਈ ਤਾਂ ਬੜੇ ਸੋਹਣੇ ਲੱਗਦੇ ਹੁੰਦੇ ਆ ਹੈ ਨਾ ਹੁਣ ਕਈ ਤਾਂ ਅੱਜ ਕੱਲ੍ਹ ਨਾਈ ਧੋਈ ਦਾ ਪਤਾ ਹੀ ਨਹੀਂ ਵੀ ਐਂ ਦੋਏ ਵੀ ਲਾਉਣੇ ਅੱਗੇ ਹੈ ਨਾ ਆਪਣੀ ਮਾਂ ਜੀ ਕਿੰਨਾ ਕਰਦੀ ਹੁੰਦੀ ਸੀਗੀ ਵੀ ਜ਼ਰੂਰ ਚਾਦਰ ਕੁੰਡਿਆਂ ਦੀ ਨਹੀਂ ਰੌਣਕ ਮੁੰਡਿਆਂ ਦੀ ਚਾਦਰ ਚਿੜੀਆਂ ਦੀ ਰੌਣਕ ਕੁੜੀਆਂ ਫਿਰ ਪਹਿਲਾਂ ਪਹਿਲਾਂ ਕਹਿੰਦੇ ਹੁੰਦੇ ਆ ਪਿਓ ਦਾ ਕਹਿੰਦੇ ਹੁੰਦੇ ਕਿ ਨਹੀਂ ਪਹਿਲਾਂ ਅੰਗਣ ਸਾਡੇ ਚੀਕੜਾ ਕਿਹਨੇ ਡੋਲਿਆ ਪਾਣੀ ਨਹੀਂ ਪਹਿਲਾਂ ਬੰਨਾ ਕਿਹਨੇ ਲਾਇਆ ਉਹ ਕਰਦੇ ਹੁੰਦੇ ਆ ਮਾਤਾ ਤੇਰੀ ਸਦਾ ਸੁਹਾਗ ਹਾਂ ਉਹ ਸੁਣਾ ਮਾਤਾ ਤਾਂ ਏ ਦੀ ਸਦਾ ਨੀ ਸੁਹਾਗਣ ਲਵਨਾਉਣੇ ਲਾਇਆ ਮਾਤਾ ਤਾਂ ਏ ਦੀ ਸਦਾ ਨੀ ਸੁਹਾਗਣ ਲਵਨਾਉਣੇ ਲਾਇਆ ਬਾਬਲ ਤਾਂ ਇਹਦਾ ਦੂਜਾ ਬੰਨਾ ਹੋਣੇ ਲਾਇਆ ਭੂਆ ਤਾਂ ਇਹਦੀ ਹਾਂ ਭੂਆ ਵਾਲਾ ਸੁਣਾਇਓ ਕਿਵੇਂ ਭੂਆ ਤਾਂ ਇਹਦੀ ਸਾਗਣ ਨੀ ਤੀਜਾ ਹੋ ਗਿਆ ਮੰਮੀ ਹੁਣ ਤੀਜਾ ਬੰਨਾ ਹਾਂ ਭੂਆ ਤਾਂ ਇਹਦੀ ਨੀ ਸਦਾ ਹੀ ਸੁਹਾਗਣ ਜਾ ਬੰਨਾ ਹੋਣੇ ਲਾਇਆ ਸੀ ਦੇਖੋ ਨਾ ਕਿੰਨੀ ਦਾਦੀ ਵੀ ਫਿਰ ਹੁੰਦਾ ਸਾਰੇ ਅੱਛਾ ਦਾਦੀ ਚਲੋ ਹੁਣ ਦਾਦੀਆਂ ਨੇ ਗੁੱਸੇ ਕਰਦੇ ਦਾਦੀ ਤਾਂ ਇਹਦੀ ਦਾਨੀ ਸੁਹਾਗਣ ਪਹਿਲਾ ਚੌਥਾ ਬੰਨਾ ਕਹਿਣਾ ਮੰਮੀ ਆਪਾਂ ਨਾ ਕਮਲ ਮਾਰਿਆ ਇਹ ਮਾਂ ਦੇ ਪਹਿਲਾਂ ਹੀ ਮਾਂ ਤੋਂ ਕਹਿਣਾ ਸੀ ਦਾਦੀ ਦਾਦੀ ਪਹਿਲਾਂ ਕਹਿੰਦੇ ਹੁੰਦੇ ਦਾਦੀ ਫਿਰ ਪਹਿਲਾਂ ਹੁੰਦੀ ਦਾਦੀ ਨੂੰ ਪਹਿਲਾਂ ਹੀ ਕਹਿਣਾ ਸੀ ਆਪਾਂ ਕੋਈ ਗੱਲ ਨਹੀਂ ਚੱਲ ਐਂ ਤਾਂ ਕੀ ਆ ਕੈਮਰੇ 'ਚ ਵੀ ਗਲਤ ਹੋ ਗਿਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਐਂ ਭੁੱਲ ਵੀ ਜਾਈਦਾ ਆਪਾਂ ਤਾਂ ਵੈਸੇ
ਸੁਣਾ ਰਹੇ ਹਾਂ ਸਾਰਿਆਂ ਨੂੰ ਦਾਦੀਆਂ ਮਾਸੀਆਂ ਸਾਰਾ ਕੁਛ। ਹਾਂ ਫਿਰ ਸਿਹਰਾ ਬਣਾਈ ਤੇ ਵੀ ਕਰਦੇ ਆ ਨਾ ਆਪਾਂ, ਵਿਆਹ ਵੀ ਵਿੱਚ ਵਿੱਚ ਲਾ ਲਿਆ ਰੌਣਕ। ਜਿੰਨਾ ਕੁ ਆਪਾਂ ਨੂੰ ਯਾਦ ਆ ਵੀ ਸਾਨੂੰ ਬਾਹਲੇ ਪ੍ਰੋਫੈਸ਼ਨਲ ਨਹੀਂ, ਪਰ ਜੋ ਜੋ ਸਾਨੂੰ ਯਾਦ ਆ ਤੁਹਾਨੂੰ ਉਹਨਾਂ ਉਹਨਾਂ ਸੁਣਾਈ ਜਾਂਦੇ। ਜਿਹਨੂੰ ਜ਼ਿਆਦਾ ਯਾਦ ਹੋਵੇ ਉਹ ਵੀ ਕਮੈਂਟ ਕਰੇ ਲਿਖ ਕੇ ਵੀ ਆਏ ਹੁੰਦੀ ਆ ਨਾ, ਅਸੀਂ ਤਾਂ ਬਸ ਜਿੰਨਾ ਕੁ ਸਾਨੂੰ ਯਾਦ ਆ ਉਤੋਂ ਤੁਹਾਨੂੰ ਸੁਣਾਈ ਜਾਂਦੇ ਆ। ਇਹ ਐਂ ਆ ਵੀ ਸਾਰੇ ਜਿਹੜੇ ਆ ਨਾ ਬੱਚਿਆਂ ਨੂੰ ਪਤਾ ਲੱਗੇ ਵੀ ਘੋੜੀਆਂ ਕੀ ਹੁੰਦੀਆਂ, ਦੋਹੇ ਕੀ ਹੁੰਦੇ ਆ, ਸੁਹਾਗ ਵੀ ਗਾਉਂਦੇ ਹੁੰਦੇ ਆ ਨਾ। ਵੀਰਾ ਤੇਰਾ ਕੁੜਤਾ ਵੇ ਜਿਉਂ ਅੰਬਰਾਂ ਦੇ ਤਾਰੇ, ਵੀਰਾ ਜਦੋਂ ਪਾਵੇਂ ਵੇ ਰੂਪ ਕਿੱਲਰ ਦਾ ਸਾਰੇ। ਕੁੜੀਆਂ ਬੋਲ ਆ ਗੀਤ ਗਾਉਂਦੀਆਂ। ਹਾਂ ਚੱਲ ਹੁਣ ਗਾ। ਮੈਨੂੰ ਤਾਂ ਜਿੰਨਾ ਕੁਛ ਹੁੰਦਾ ਨਾ, ਕੁੜਤਾ ਚਾਦਰਾ ਵੀ ਜੁੱਤੀ ਸਾਰਾ ਕੁਛ ਲੈਂਦੇ ਹੁੰਦੇ, ਪੱਗ। ਹਾਂ ਇੱਕ ਉਹ ਸੁਣਾਉਂਦੇ ਹੁੰਦੇ ਜਿਹੜਾ ਅੱਗੇ ਲਾਉਂਦੇ ਹੁੰਦੇ ਸੀ, ਕੀ ਕਹਿੰਦੇ ਹੁੰਦੇ ਆ ਉਹ, ਕਰਦੇ ਹੁੰਦੇ ਆ ਸਿੱਠਣੀਆਂ ਸੁਣਾਉਂਦੇ ਹੁੰਦੇ ਆ, ਉਹ ਨਹੀਂ ਆਪਾਂ ਨੂੰ ਇੱਕ ਦੋ ਹੀ ਆਉਂਦੀਆਂ ਸੀ, ਉਹ ਤਾਂ ਪੌਦੇ ਸੁਣਾਤੀ ਸੀਗੀ ਸਿੱਠਣੀਆਂ। ਜਿਵੇਂ ਹੁਣ ਅੱਜ ਕੱਲ੍ਹ ਤਾਂ ਅਗਲਾ ਗੁੱਸਾ ਹੀ ਕਰ ਜਾਂਦਾ ਨਾ, ਅੱਗੇ ਜਦੋਂ ਪੁਰਾਣੇ ਤਰਾਉਣੇ ਨੇ ਉਹਨੂੰ ਸਿੱਠਣੀਆਂ ਵੀ ਦਿੰਦੇ ਹੁੰਦੇ ਸੀ। ਕੋਈ ਇੱਕ ਅੱਧੀ ਮੰਮੀ ਸਿੱਠਣੀ ਯਾਦ ਆ? ਤੇਰਾ ਢੀਡ ਵੱਡਾ ਝੂਟ ਕੂਰਾ ਵੇ ਹਜੇ ਨਹੀਂ ਰਜਦਾ, ਹਜੇ ਨਹੀਂ ਰਜਦਾ ਤਾਂ ਕਤਲਾ ਕੋ ਤੂਰਾ ਵੇ, ਹਜੇ ਨਹੀਂ ਰਜਦਾ ਤਾਂ ਮੋਠਾਂ ਦਾ ਕੂੜਾ ਵੇ। ਅੱਛਾ ਐ ਹੁੰਦਾ, ਬਸ ਇੱਥੇ ਕਦਮ ਹੁੰਦੀ ਆ, ਹੋਊਗਾ ਤਾਂ ਹੋਰ ਵੀ ਮੰਮੀ ਨੂੰ ਥੋੜਾ ਥੋੜਾ ਯਾਦ ਆ ਹੋਰ, ਬਸ ਇੱਕੋ ਹੀ ਆਉਂਦੀ ਸੀ, ਜਿਵੇਂ ਅੱਗੇ ਉਹ ਮੈਂ ਉਹਦੇ ਸੁਣਾਈ ਸੀ, ਉਹ ਇੱਕ ਗੱਲ ਮੁੱਛਾਂ ਤਾਂ ਇਹਦੀਆਂ, ਟੋਕਰਾ ਵੇ ਦਾੜੀ ਇਹਦੀ ਛੱਜ। ਲਓ ਜੀ ਮੰਮੀ ਨੇ ਅੱਜ ਬੋਲੀਆਂ ਸੁਣਾਤੀਆਂ, ਘੋੜੀਆਂ ਵੀ ਸੁਣਾਤੀਆਂ, ਸੁਹਾਗ ਵੀ ਸੁਣਾਇਆ, ਜਿੰਨਾ ਕੁ ਸਾਨੂੰ ਯਾਦ ਸੀ ਸੁਣਾਇਆ ਹੈ ਨਾ, ਸੋ ਖੂਬ ਰੌਣਕਾਂ ਲਾ ਤੀਆਂ। ਅਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਪਸੰਦ ਆਏ ਹੋਣੇ, ਜੇ ਕੋਈ ਗਲਤੀ ਗੁਲਤੀ ਰਹਿ ਗਈ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਆ ਐਂ ਸੀ ਜਾਂ ਐਂ ਸੀ, ਹੈ ਨਾ, ਕਿਉਂਕਿ ਸਾਨੂੰ ਜਿੰਨਾ ਕੁ ਯਾਦ ਸੀ ਕੋਸ਼ਿਸ਼ ਕੀਤੀ, ਅਤੇ ਮੰਮੀ ਵੀ ਹੁਣ ਵਿੱਚ ਵਿੱਚ ਭੁੱਲ ਜਾਂਦੇ ਆ, ਅਤੇ ਕਿਉਂਕਿ ਮੌਕੇ 'ਤੇ ਕਹਿੰਦੇ ਕਈ ਵਾਰੀ ਯਾਦ ਵੀ ਨਹੀਂ ਆਉਂਦਾ ਗਾ। ਸੋ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ, ਅਤੇ ਅੱਜ ਮੰਮੀ ਨੇ ਖੂਬ ਆਪਣੇ ਪੂਰੇ ਵਲੌਗ ਦੇ ਵਿੱਚ ਰੌਣਕਾਂ ਲਾਈ ਰੱਖੀਆਂ। ਸੁਬਾਹ ਆਪਾਂ ਨਾ ਜਿਵੇਂ ਕੜੀ ਬਣਾ ਕੇ ਦਿਖਾਈ, ਹੋਰ ਵੀ ਬੜਾ ਕੁਛ ਅੱਜ ਨਾ ਰੌਣਕ ਬਣਿਆ ਦਿਨ ਸੀਗਾ, ਦਿਨ ਵੈਸੇ ਮੌਸਮ ਵੀ ਬਹੁਤ ਵਧੀਆ ਸੀ, ਮੀਂਹ ਵੀ ਪਿਆ ਜੋ ਦਿਖਾਉਣਾ ਰਹਿ ਗਿਆ ਸੀ, ਅਤੇ ਆ ਹੁਣ ਵੀ ਲਗਭਗ 10 ਵਜਣ ਵਾਲੇ ਆ। ਸੋ ਅਸੀਂ ਪੁਰਾਣਾ ਸਾਰਾ ਕੁਝ ਯਾਦ ਕਰ ਲਿਆ, ਸੋ ਜਿੰਨੇ ਵੀ ਭੈਣ ਭਰਾ ਦੇਖ ਰਹੇ ਹੋਣੇ ਆ, ਅਤੇ ਮੈਨੂੰ ਉਮੀਦ ਤੁਸੀਂ ਵਲੌਗ ਨੂੰ ਜ਼ਰੂਰ ਪਸੰਦ ਕਰੋਗੇ। ਮੈਂ ਨਾ ਇੱਕ ਤੁਹਾਨੂੰ ਇਹ ਗੱਲ ਜ਼ਰੂਰ ਕਹੂੰਗਾ ਵੀ ਇਹ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜਿਹੜੇ ਬੱਚੇ ਆ ਨਾ ਅੱਜ ਕੱਲ੍ਹ ਦੇ, ਜਾਂ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਭੈਣ ਭਰਾ ਬੈਠੇ ਜਾਂ ਬੱਚੇ ਬੈਠੇ, ਜਿਨ੍ਹਾਂ ਨੂੰ ਪੁਰਾਣੇ ਆਪਣੇ ਪੰਜਾਬੀ ਸੱਭਿਆਚਾਰ ਦਾ ਨਹੀਂ ਪਤਾ ਵੀ ਵਿਆਹਾਂ ਦੇ ਵਿੱਚ ਕਿਸ ਤਰ੍ਹਾਂ ਬੋਲੀਆਂ ਹੁੰਦੀਆਂ ਸੀ, ਕਿਵੇਂ ਸਿੱਠਣੀਆਂ ਦਿੰਦੇ ਸੀ, ਕਈਆਂ ਨੂੰ ਸਿੱਠਣੀਆਂ ਦਾ ਹੀ ਨਹੀਂ ਪਤਾ ਹੈ ਨਾ ਵੀ ਸਿੱਠਣੀਆਂ ਕੀ ਹੁੰਦੀਆਂ, ਸੋ ਅਸੀਂ ਤੁਹਾਨੂੰ ਸਿੱਠਣੀ ਵੀ ਸੁਣਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਵਿਆਹਾਂ ਦੇ ਵਿੱਚ ਹੈ ਨਾ ਕੋਈ ਡੀਜੇ ਡੂਜੇ ਤਾਂ ਘੱਟ ਹੀ ਹੁੰਦੇ ਸੀਗੇ, ਸੋ ਆਪ ਹੀ ਲੋਕਾਂ ਨੇ ਰੌਣਕਾਂ ਲਾਈ ਰੱਖਣੀਆਂ, ਕੋਈ ਨਾ ਕੋਈ ਗੱਲਬਾਤ ਸੁਣਾਈ ਜਾਣੀ ਹੈ ਨਾ, ਜਾਂ ਕੋਈ ਪ੍ਰਾਹੁਣੇ ਧਰਾਉਣੇ ਆ ਗਏ ਉਹਨਾਂ ਨੂੰ ਥੋੜ੍ਹੇ ਥੋੜ੍ਹਾ ਬੁੜੀਆਂ ਨੇ ਮਜ਼ਾਕ ਕਰੀ ਜਾਣਾ ਹੈ ਨਾ, ਸਾਲੀਆਂ ਨੇ ਹੋ ਗਿਆ ਜਾਂ ਹੋਰ ਕੋਈ ਇੱਦਾਂ ਮਜ਼ਾਕ ਕਰਨਾ ਹੈ ਨਾ, ਅਤੇ ਉਹ ਬੜੀ ਰੌਣਕ ਲੱਗੀ ਰਹਿੰਦੀ ਸੀਗੀ। ਸੋ ਇਹ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ, ਭੈਣ ਭਰਾਵਾਂ ਨੂੰ, ਜਿਹੜੇ ਨਵੇਂ ਬੱਚੇ ਉਹਨਾਂ ਨੂੰ ਪਤਾ ਲੱਗ ਸਕੇ ਕੀ ਸਾਡਾ ਸੱਭਿਆਚਾਰ ਆ, ਕਿਹੋ ਜਿਹਾ ਮਾਹੌਲ ਹੁੰਦਾ ਸੀ। ਅੱਜ ਕੱਲ੍ਹ ਦਾ 3 ਘੰਟਿਆਂ ਦੇ ਵਿੱਚ ਵਿਆਹ ਖਤਮ ਹੋ ਜਾਂਦੇ ਹੈ ਨਾ, ਅਤੇ ਲੱਖਾਂ ਰੁਪਏ ਬਰਬਾਦ ਹੋ ਜਾਂਦੇ। ਅੱਗੇ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਵਿਆਹ ਚੱਲਦੇ ਸੀ, ਖਰਚੇ ਵੀ ਘੱਟ ਹੁੰਦੇ ਸੀ, ਅਤੇ ਵਿਆਹ ਬਹੁਤ ਵਧੀਆ ਹੁੰਦੇ ਸੀ, ਰੌਣਕਾਂ ਹੁੰਦੀਆਂ ਸੀ। ਅੱਜ ਕੱਲ੍ਹ ਅਗਲਾ ਪੈਲਸ 'ਚ ਵਿਆਹ ਕਰਕੇ ਘਰੇ ਆ ਜਾਂਦਾ, ਅਤੇ ਮੰਮੀ ਮੁੜ ਕੇ ਵੇਖ ਲਾ ਘਰੇ ਹੈ ਨਾ ਕਿਵੇਂ ਬੈਠੇ ਹੁੰਦੇ ਆ, ਘਰੇ ਐਂ ਲੱਗਦਾ ਹੀ ਨਹੀਂ ਹੁੰਦਾ ਵਿਆਹ ਹੋਣਾ ਨਾ। ਹਾਂ ਅਤੇ ਅੱਜ ਕੱਲ੍ਹ ਦੀਆਂ ਮਤਲਬ ਕੁੜੀਆਂ ਜਿਹੜੀਆਂ ਹੈਗੀਆਂ ਭੈਣਾਂ ਨਾ, ਉਹਨਾਂ ਨੂੰ ਬਹੁਤ ਘੱਟ ਇੱਦਾਂ ਦੀਆਂ ਚੀਜ਼ਾਂ ਵੀ ਮੈਨੂੰ ਲੱਗਦਾ ਵੀ ਬੋਲੀਆਂ ਹੋ ਗਈਆਂ, ਇੱਦਾਂ ਦੀਆਂ ਚੀਜ਼ਾਂ ਘੱਟ ਹੀ ਆਉਂਦੀਆਂ ਹੈ ਨਾ, ਅਤੇ ਹਾਂ ਪੁਰਾਣੀਆਂ ਚੀਜ਼ਾਂ ਬਹੁਤ ਮਤਲਬ ਕਿ ਅਲੋਪ ਹੁੰਦੀਆਂ ਜਾ ਰਹੀਆਂ। ਸੋ ਸਾਡਾ ਇੱਕ ਇਹ ਫਰਜ਼ ਵੀ ਬਣਦਾ ਕਿ ਅਸੀਂ ਪੁਰਾਣਾ ਸੱਭਿਆਚਾਰ, ਪੁਰਾਣੇ ਆਪਣੇ ਗੀਤ ਲੋਕ ਗੀਤਾਂ ਨੂੰ ਸਾਂਭ ਕੇ ਰੱਖੀਏ, ਬੋਲੀਆਂ ਨੂੰ ਸਾਂਭ ਕੇ ਰੱਖੀਏ, ਤਾਂ ਜੋ ਨਵੇਂ ਬੱਚਿਆਂ ਨੂੰ ਵੀ ਪਤਾ ਲੱਗ ਸਕੇ। ਸੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਮੈਂ ਤੁਹਾਨੂੰ ਰਿਕੁਐਸਟ ਕਰੂੰ ਕਿ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਲੋਕਾਂ ਤੱਕ ਇਹ ਚੀਜ਼ ਪਹੁੰਚੇ, ਅਤੇ ਆਪਣੇ ਵਲੌਗ ਨੂੰ ਤੁਸੀਂ ਲਾਈਕ ਜ਼ਰੂਰ ਕਰੋ ਜੇ ਵੀਡੀਓ ਪਸੰਦ ਆਈ, ਅਤੇ ਨਾਲ ਦੀ ਨਾਲ ਮੈਂ ਕਹੂੰਗਾ ਕਿ ਜੇ ਤੁਸੀਂ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਇੱਧਰ ਆ ਰਹੀ ਹੈ ਸਾਡੀ ਫੋਟੋ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਗਮੀਤ ਬਰਾੜ ਵਲੌਗਸ ਨੂੰ, ਇੱਧਰ UV ਦੀ ਫੋਟੋ ਆ ਰਹੀ ਹੈ ਸਾਡੀ ਤਿੰਨਾਂ ਦੀ ਫੋਟੋ ਆ ਰਹੀ, ਉਹ 'ਤੇ ਕਲਿੱਕ ਕਰਕੇ ਉਹ ਚੈਨਲ ਵੀ ਕਰ ਲਓ ਸਬਸਕ੍ਰਾਈਬ, ਨੀਚੇ ਤੋਂ ਲੇਟੈਸਟ ਵੀਡੀਓ ਆ ਰਹੀ ਉਹਨਾਂ ਨੂੰ ਜ਼ਰੂਰ ਦੇਖ ਲਓ। ਸੋ ਜੀ ਇੰਨੇ ਸ਼ਬਦਾਂ ਨਾਲ ਇੰਨੀ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।